ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਅਗੇਨ ਔਨ ਬਾਸੀ ਵਲੌਗਸ। ਤੇ ਜਿਹੜੀ ਆਪਾਂ ਨੇ ਪਰਸੋਂ ਵੀਡੀਓ ਪਾਈ ਨੇ ਉਹਦੇ ਸਾਰਿਆਂ ਜਣਿਆਂ ਦੇ ਕਮੈਂਟ ਪੜ੍ਹ ਕੇ ਮੇਰੀ એનર્ਜੀ ਤੁਸੀਂ ਫੇਰ ਵਧਾ ਦਿੰਦੇ ਹੋ, ਮਿੰਟਾਂ 'ਚ ਡਾਊਨ ਵੀ ਹੋ ਜਾਂਦੀ ਹੈ। ਕਹਿੰਦੇ ਗਗਨ ਤੇਰਾ ਖੁਸ਼ ਮੂੰਹ ਵੇਖ ਕੇ ਅਸੀਂ ਖੁਸ਼ ਹੋ ਜਾਂਦੇ ਹਾਂ। ਆ ਵੇਖੋ ਹੱਸਣ ਦੀ, ਹੱਸੋ ਸਾਰੇ ਜਣੇ, ਚਲੋ ਨਹੀਂ ਵੇਖ ਸਾਰਿਆਂ, ਹੱਸੋ ਸਾਰੇ ਜਣੇ। ਜਦੋਂ ਤੁਸੀਂ ਕਿਹਾ ਵੀ ਗਗਨ ਤੇਰਾ ਤੈਨੂੰ ਖੁਸ਼ ਵੇਖ ਕੇ ਅਸੀਂ ਖੁਸ਼ ਹੋ ਜਾਂਦੇ ਹਾਂ, ਤੇ ਮੈਂ ਖੁਸ਼ੀ ਨਾਲ ਗਦ ਗਦ ਹੋ ਗਈ। ਬਹੁਤ ਜ਼ਿਆਦਾ ਬਿਜੀ ਸ਼ਡਿਊਲ ਚੱਲਣ ਦਿਆ, ਤੇ ਦੀਦੀ ਕਹਿ ਰਹੇ ਸੀਗੇ ਆਪਣੇ ਵੀ ਗਗਨ ਮੈਂ ਸੋਚਿਆ ਸੀਗਾ ਪਹਿਲਾਂ ਵੀ ਜਿੰਮ ਦੀ ਸੈਟਿੰਗ ਨਹੀਂ ਹੋਣੀ, ਪਰ ਜੀ ਅਜੇ ਵੀ ਉਮੀਦ ਜਿੰਦਾ ਹੈ। ਅਸੀਂ ਕੁਛ ਨਾ ਕੁਛ ਕਰ ਰਹੇ ਹਾਂ ਢਾਪਾ। ਦੁਬਾਰਾ ਬੋਲੋ ਉਹਨਾਂ ਨੇ ਕੀ ਕਿਹਾ। ਨਹੀਂ ਉਦੋਂ ਪਹਿਲਾਂ ਉਹਨਾਂ ਨੇ ਕੀ ਕਿਹਾ? ਉਦੋਂ ਪਹਿਲਾਂ ਉਹਨਾਂ ਨੇ ਕਿਹਾ ਵੀ ਮੈਂ ਤੁਹਾਡੇ ਸਾਰੇ ਵਲੌਗ ਦੇਖਦੀ ਹਾਂ, ਬਹੁਤ ਵਧੀਆ ਲੱਗਦੇ ਨੇ ਤੁਹਾਡੇ ਸਾਰੇ ਸੂਟ, ਹੀ ਬਹੁਤ ਸੋਹਣੇ ਹੁੰਦੇ ਨੇ ਜਿਹੜੇ ਤੁਸੀਂ ਵੇਅਰ ਕੀਤੇ ਨੇ, ਉਹ ਵੀ ਸੂਟ ਬਹੁਤ ਸੋਹਣੇ ਹੁੰਦੇ ਨੇ। ਤੂੰ ਪਹਿਲਾਂ ਲੂੰਗੰਡੇ ਖੜੇ ਕਰ ਲੈ। ਲਓ ਜੀ ਬਿੱਗ ਸਰਪ੍ਰਾਈਜ਼, ਬਹੁਤ ਹੀ ਵੱਡਾ ਸਰਪ੍ਰਾਈਜ਼ ਜਿਹੜਾ ਅਸੀਂ ਐਕਸਪੈਕਟ ਨਹੀਂ ਕੀਤਾ ਸੀ। ਤੇ ਪਹਿਲੀ ਗੱਡੀ ਵੀ ਮਿਲਣਾ ਤਾਂ ਮੈਂ ਤੇਲ ਚੋ ਕੇ ਲੰਘਾਈ ਸੀ, ਤੇ ਆਹ ਵਾਲੀ ਅੱਜ ਸ਼ਗਨ ਕੱਢ ਲਏ ਬਿਨਾਂ ਮੈਂ ਨਹੀਂ ਜਾਣ ਦਿੰਦੀ ਇਹਨਾਂ ਨੂੰ ਅੱਗੇ। ਅੱਜ ਇਹਨਾਂ ਤੋਂ ਸ਼ਗਨ ਲੈ ਕੇ ਇਹਨਾਂ ਦੀ ਗੱਡੀ ਅੱਗੇ ਜਾਣ ਦੇਣੀ ਹੈ। ਤੇ ਲਓ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਵਾਹਿਗੁਰੂ ਦੀ ਕਿਰਪਾ ਦੇ ਨਾਲ ਦੂਜੀ ਗੱਡੀ ਸਾਡੇ ਘਰੇ ਪਹੁੰਚ ਚੁੱਕੀ ਆ। ਆਹ ਦੇਖੋ ਜੀ ਕੈਮਰੇ ਤੇ ਕੈਮਰਾ, 500 ਰੁਪਇਆ ਸ਼ਗਨ ਲੱਗੂਗਾ, 100 ਰੁਪਏ ਨਾਲ ਨਹੀਂ ਸਰਨਾ। 500 ਰੁਪਇਆ ਸ਼ਗਨ ਲੱਗੂਗਾ, 100 ਰੁਪਏ ਨਾਲ ਨਹੀਂ ਸਰਨਾ ਹੈਗਾ। ਨਾ 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 ਨਾ, ਮੈਂ ਕਿਹਾ 500 ਰੁਪਇਆ ਸ਼ਗਨ ਲੱਗੂਗਾ, 100 ਰੁਪਏ ਨਾਲ ਨਹੀਂ ਸਰਨਾ ਹੈਗਾ। ਸ਼ਗਨ ਮੈਂ ਲਾਣਾ ਤੇਲ, ਤੂੰ ਚੋਂਦੀ ਅਸੀਂ ਬੰਦਲਾ ਚੁੱਕੇ ਆ ਦੇਖ ਕੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਗੱਡੀ ਹੋਰ, ਵਾਹਿਗੁਰੂ ਵਾਹਿਗੁਰੂ। ਪਰਮਾਤਮਾ ਸਾਰਿਆਂ ਨੂੰ ਤਰੱਕੀ ਦੇਵੇ। ਤੇ ਫਤਿਹ ਹੋਰੀ ਤਾਂ ਹੀ ਗਏ ਸੀਗੇ, ਤੇ ਫਤਿਹ ਮੈਨੂੰ ਲੱਗਦਾ ਫਤਿਹ ਦਾ ਕਮਲਾ ਹੋਇਆ ਹੋਣਾ ਪੂਰਾ, ਫਤਿਹ ਦਾ ਸਰਪ੍ਰਾਈਜ਼ ਦੇ ਕੇ ਪੂਰਾ ਕਮਲਾ ਹੋ ਗਿਆ ਹੋਣਾ। ਮੈਂ ਤਾਂ ਨਾ ਹੀ ਨਹੀਂ ਪੜਿਆ ਗੱਡੀ ਦਾ ਐਕਸਾਈਟਮੈਂਟ, ਐਕਸਾਈਟਮੈਂਟ 'ਚ ਮੈਂ ਤਾਂ ਨਾ ਹੀ ਪੜ੍ਹਨਾ ਭੁੱਲ ਗਈ ਗੱਡੀ ਦਾ। ਭਾਜੀ ਬਹੁਤ ਬਹੁਤ ਮੁਬਾਰਕਾਂ ਜੀ, ਬਾਸੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਾਂ। ਉਹ ਹੈ ਅੱਧੇ ਅੱਧੇ ਨਹੀਂ, 500 ਲੈਣਾ ਸੀ, ਹੈ ਨਹੀਂ 500 ਲੈਣਾ ਸੀ। ਲਓ ਜੀ ਬਾਸੀ ਫੈਮਿਲੀ ਨੇ ਲੈ ਲਈ ਨਵੀਂ ਗੱਡੀ, ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਸਾਨੂੰ ਦੋ ਵਧਾਈਆਂ, ਫਤਿਹ ਇਹਨੂੰ, ਸਾਨੂੰ ਦੋ, ਇਹਨੂੰ ਲਾਂਜੀ ਨੂੰ ਦੋ, ਪਹਿਲਾਂ 10 ਰੁਪਏ। ਫਤਿਹ ਫਤਿਹ ਪਸੰਦ ਹੈ ਤੁਹਾਨੂੰ? ਫਤਿਹ ਮੈਨੂੰ ਲੱਗਦਾ ਸੌਂਕ ਉੱਠਿਆ, ਸੌਂਕ ਉੱਠਿਆ। ਲਓ ਜੀ
ਗੱਡੀ ਹੈਗੀ ਆਪਣੀ ਦਮੂ ਕਿਹੜੀ ਹੈ ਫਤਿਹ ਦੱਸੂਗਾ ਦਮੂ ਫਤਿਹ ਉਹ ਦਮੂ ਤੂੰ ਤਾਂ ਰਹਿ ਗਿਆ ਯਾਰ ਸੱਚ ਕੰਗ੍ਰੈਚੁਲੇਸ਼ਨਸ ਫਤਿਹ ਫਤਿਹ ਕੰਗ੍ਰੈਚੁਲੇਸ਼ਨਸ ਫਤਿਹ ਹੋਰੀ ਸਕੂਲ ਤੋਂ ਸਿੱਧਾ ਚਲੇ ਗਏ ਸੀਗੇ ਤਾਂ ਹੀ ਚਲੇ ਗਏ ਸੀਗੇ ਸਾਨੂੰ ਝੂਟਾ ਤੇ ਦਵਾ ਕੇ ਲਿਆ ਰੋਟੀ ਤੁਹਾਨੂੰ ਬਾਅਦ ਚ ਦਿੰਦੇ ਆ ਲਓ ਜੀ ਪਹਿਲਾਂ ਤੁਹਾਨੂੰ ਅੰਦਰ ਓ ਮਾਈ ਗੋਡ ਅਮਣ ਕੇਕ ਵੀ ਪਿਆ ਅੰਦਰ ਅਮਣ ਪੀ ਬਜਾ ਹੋਰ ਨੂੰ ਵੱਡੇ ਲਵਾਏ ਵਾ ਪਰਨੀਤ ਹੋਰ ਨੂੰ ਵੱਡੇ ਲਵਾਏ ਆ ਲਓ ਜੀ ਮੰਮੀ ਮੰਮੀ ਵੀ ਸਰਪ੍ਰਾਈਜ਼ ਹੋਣਗੇ ਲੈ ਮਿੱਤਰਾ ਇੱਕ ਗੱਡੀ ਹੋਰ ਤੁਹਾਨੂੰ ਮੰਮੀ ਨੂੰ ਜ਼ਿਆਦਾ ਜ਼ਿਆਦਾ ਵਧਾਈਆਂ ਲੈ ਪ੍ਰਨੀਤ ਕਿਵੇਂ ਲੱਗਣ ਦੀ ਨੀਤ ਪ੍ਰਨੀਤ ਵਲੌਗ ਨਾ ਨਹੀਂ ਆਈ ਕਿਉਂ ਕਹਿੰਦਾ ਪਰੇ ਤਾਂ ਜੋ ਹੈਵੀ ਹੋ ਗਈ ਇਹ ਉਹ ਤੇ ਆ ਗਈ ਆਂਟੀ ਆ ਕੋ ਮੱਚ ਰਹੀ ਹੈ ਹਰੇ ਮੈਂ ਮੱਚ ਤਾਂ ਨਹੀਂ ਗਿਆ ਯਾਰ ਲੈ ਰਾਜੇ ਚੱਕ ਸਰਪ੍ਰਾਈਜ਼ ਮੈਂ ਤੇ ਪਸੀਨੋ ਪਸੀਨੀ ਹੋ ਗਈ ਇਧਰ ਬੰਦੇ ਗੱਡੀ ਚ ਬੈਠ ਚੁੱਕੇ ਨੇ ਤੇ ਆਪਾਂ ਚੱਲੇ ਆ ਮੈਂ ਵੀ ਚੱਲੀ ਆ ਮੈਂ ਵੀ ਜਾ ਕੇ ਬੈਠੀ ਆ ਮੈਂ ਬੈਠਾ ਯਾਰ ਬਲਿੰਦਰ ਪਤਾ ਨਹੀਂ ਕਿੱਥੇ ਬੀਜੀ ਨੇ ਫੋਨ ਨਹੀਂ ਲੱਗ ਰਿਹਾ ਬਲਿੰਦਰ ਦਾ ਬਾਕੀਆਂ ਨੂੰ ਤਾਂ ਮੈਂ ਲਾ ਲਿਆ ਬਲਿੰਦਰ ਰਹਿ ਗਿਆ ਤੇ ਸਿਮਰਨ ਆਈ ਥਿੰਕ ਸੁੱਤੀ ਆ ਚਲੋ ਜੀ ਰਾਜੇ ਦਾ ਫੋਨ ਆ ਗਿਆ ਹੁਣ ਆਪਾਂ ਰਾਜੇ ਨਾਲ ਗੱਲ ਕਰੀਏ ਲੈ ਮਣ ਇੱਧਰ ਆ ਗਿਆ ਜੀ ਲੈ ਫੜ ਗੱਡੀ ਕਿਹੜੀ ਹੈ ਤੇ ਅਮਾ ਨੇ ਬਹੁਤ ਹੀ ਸੋਹਣੀ ਐਗਜ਼ਾਮਪਲ ਦਿੱਤੀ ਜਿਵੇਂ ਅਸੀਂ ਤਿੰਨੇ ਭੈਣਾਂ ਇੱਕ ਘਰ ਚ ਹਾਂ ਕੁਲਵਿੰਦਰ ਕਹਿੰਦੇ ਮੰਮੀ ਕਹਿੰਦੇ ਵੀ ਗੱਡੀ ਆਪਣੀ ਜਿਹੜੀ ਦੂਜੀ ਬਰੇਜ਼ਾ ਹੈ ਉਹਦੇ ਨਾਲ ਦੀ ਹੈ ਤੇ ਵੀ ਮਾਡਲ ਜਿਹੜਾ ਬੇਸ ਜਿਹੜਾ ਕੀ ਮਾਡਲ ਹੋ ਰਿਹਾ ਹੈ ਤੇ ਮੰਮੀ ਨੂੰ ਮੈਂ ਦੱਸਿਆ ਮੈਂ ਮੰਮੀ ਵੀ ਜਿੱਦਾਂ ਆਪਾਂ ਤੁਹਾਡੀਆਂ ਤਿੰਨੇ ਨੂੰਹਾਂ ਇੱਕੋ ਘਰ ਦੇ ਆ ਵੀ ਇੱਕ ਮਾਂ ਦੀਆਂ ਧੀਆਂ ਸੀ ਤੇ ਬਸ ਵੀ ਸੁਭਾਅ ਅੱਡੋ ਅੱਡ ਲਓ ਜੀ ਆ ਗਏ ਅਸੀਂ ਗੇੜੀ ਰੂਟ ਕੱਢ ਕੇ ਸਾਡਾ ਇਰਾਦਾ ਰਾਤ ਨੂੰ ਚੰਡੀਗੜ੍ਹ ਪਾ ਲੈਣੀ ਹੋਰ ਲੋਕ ਰੋਟੀ ਬਣੀ ਪਈ ਆਪੇ ਖਾ ਲੈਂਦੇ ਖੜੋ 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 ਸਿਮਰਨ ਨੂੰ ਦਿਖਾਉਂਦੇ ਫਿਰ ਵੀਡੀਓ ਕਾਲ ਲਾ ਰੱਖੀ ਲਓ ਤੇਲ ਚੋਂ ਤੁਹਾਨੂੰ ਦਈਏ 100 ਰੁਪਿਆ ਹੋਰ ਆ ਤੁਹਾਨੂੰ ਦਈਏ 500 ਰੁਪਿਆ ਕੱਢ ਕੇ ਲੈਟਾ ਮਾਰੋ ਇੱਥੇ ਆ ਕੇ ਮਾਰ ਲੈਟਾ ਆ ਬਹੁਤ ਸੋਹਣਾ ਕੀਤਾ ਜਿਹੜਾ ਖੰਡਾ ਵੀ ਲੈ ਕੇ ਲਾ ਲਿਆ ਬਲਵਿੰਦਰ ਕੋਲ ਹੈਗੀ ਉੱਥੇ ਬੇਟਾ ਤੁਝੇ ਕੌਣ ਪੁੱਛੇਗਾ ਚੁੱਕਿਆ ਨੀ ਹੈਗਾ ਮੈਂ ਉਹਨੂੰ ਗਰੁੱਪ ਵੀਡੀਓ ਕਾਲ ਚ ਵੀ ਲਾਇਆ ਸੀ ਚੁੱਕਿਆ ਨੀ ਹੈਗਾ ਉਹਨੇ
ਸਾਨੂੰ ਕੇਕ ਅੰਦਰ ਪਿਆ ਮਿਲ ਗਿਆ, ਮੂੰਹ ਮਿੱਠਾ ਕਰ ਲਿਆ, ਜਾ ਬੋਲਿਆ ਕੇਕ ਤੇ ਆਪ ਹੀ ਮੂੰਹ ਮਿੱਠਾ ਕਰ ਲਿਆ ਖਾ ਕੇ। ਰਾਜੇ ਮਾਮੇ ਨੂੰ ਕਹਿ ਤੂੰ ਤੂੰ ਤਾਂ ਮਾਮੇ ਰਹਿੰਦਾ ਕੈਨੇਡਾ, ਜਾਈ ਰਹਿੰਦੀ ਇੰਡੀਆ, ਰੱਖ ਹੁਣ ਆਪ ਹੀ ਕੱਟ ਲੈਂਦੇ ਆ। ਪ੍ਰਨੀਤ ਚਾਕੂ ਲੈ ਗਿਆ ਅੰਦਰੋਂ, ਇੱਧਰ ਨੂੰ ਰੱਖੋ ਨਾ ਵੀ ਉਹ ਕੱਟਿਆ ਹੋਇਆ ਨਾ ਦਿਖੇ। ਹਾਂ ਇੱਧਰ ਨੂੰ ਰੱਖੋ, ਕੱਪ ਸੀ ਉਹਦੇ ਚ, ਲਓ ਜੀ ਉਤਾਰ ਕਹਿੰਦਾ ਉਹ ਕਹਿੰਦੇ ਕੱਪ ਸੈੱਟ ਨਾ ਦੇ ਮੂੰਹ ਜੇ, ਫਿਰ ਕੱਪ ਸੈੱਟ ਗਿਫਟ ਮਿਲਿਆ ਨਾਲ, ਚਾਕੂ ਤੇ ਦੇਖੀ ਕਿੱਡਾ ਸੋਹਣਾ ਲਿਆਂਦਾ ਅਮਨ, ਚਾਕੂ ਦੇਖ ਨਾ ਲੱਗ ਜੇ ਕਿਤੇ ਗੇਟ ਲਾ ਦੋ, ਗੁਆਂਢੀ ਕਹਿੰਦੇ ਕਿਤੇ ਬਾਹਰ ਚੱਲੇ, ਮੈਨੂੰ ਫੋਨ ਲਾ ਗਿਆ ਉਹ ਦਿੰਦੇ ਆ ਯਾਰ, ਦਿੰਦੇ ਆ ਦਿੰਦੇ ਦਿੰਦੇ ਤੂੰ ਖਾ ਲੈ ਯਾਰ, ਲਓ ਜੀ ਲਓ ਜੀ, ਕੋਈ ਨੀ ਤੈਨੂੰ ਉਹ ਲੈ ਦਾਂਗੇ ਬੈਟਰੀ ਵਾਲਾ ਆਟੋ, ਪ੍ਰੋਬਲਮ ਹੁੰਦੀ ਹੈ ਜਦੋਂ ਬ੍ਰੇਕਾਂ ਦੀ ਲਾਉਣੀ ਹੱਥ ਪੈ ਜੇ ਨਾ ਉਹ ਸੈੱਟ ਹੋ ਜਾਂਦੀ ਆ। ਬੋਤਲ ਮੇਰੀ ਇੱਕ ਪਾਸੇ ਤੂੰ ਰੱਖਣਾ ਨੈਕਸਾ, ਇੱਕ ਪਾਸੇ ਮੈਂ ਰੱਖਾਂ ਗ੍ਰੈਂਡ ਬਿਟਾ। ਭਾਜੀ ਉਤਾਰ, ਮੈਂ ਗੋਰੀ ਆ ਗੋਰੀ, ਉਤਾਰ ਭਾਜੀ ਅੱਖਾਂ ਨਾ ਫਿਰ, 500 ਰੁਪਿਆ ਮੇਰਾ ਰਹਿ ਗਿਆ, ਉਹ ਦੇਣੇ ਆ ਕਿ 500 ਤੇ ਦੇ ਦੇ ਖਾਤਰ ਜਾਨ ਹਾਜ਼ਰ ਆ, 500 ਦੀ ਲੈ ਫੜਾਓ ਫਿਰ ਆ ਡੱਬਾ ਰੱਖ ਲਾ, ਆਪਾਂ ਕਹਿ ਦਾਂਗੇ ਸਾਨੂੰ ਉਹ ਪਲੇ ਬਟਨ ਆਇਆ ਹੈ ਮਾਂ, ਮੇਰੀ ਗ੍ਰੈਂਡ ਬਿਟਾ ਦੀ ਦਿਵੋ ਮੇਰੀ ਆ, ਮੈਂ ਸਕੂਲ ਚ ਲੈ, ਹਾਂ ਬਸ ਠੀਕ ਹੈ, ਇਹ ਦੱਬ ਲਈ ਹੋਣਾ ਸੀ, ਦੱਬ ਲਈ ਹੋਣਾ ਸੀ, ਕਰਦੇ ਜਦੋਂ ਕੱਪੜਾ ਦੱਬੂ, ਮੇਰੀ ਬੋਤਲ ਹੈ ਤੇ ਮੈਨੂੰ ਵੀਡੀਓ ਨੀਤ ਕਰੋ ਸਟੋਰੀ ਸਟੂਡੀਓ ਪਾਉਣਾ, ਦੀਦੀ ਸਾਨੂੰ ਵੀ ਭੇਜ ਦਿਓ ਵੀਡੀਓ, ਮੈਂ ਮੈਨੂੰ ਭੇਜਣਾ ਦੇ ਸਾਰੇ ਨੇ ਪਤਾ ਕਰ ਦੋ ਸਰ, ਪਿੱਛੇ ਕਰ ਦੋ।
ਕਰਾਂਗੇ ਪੁੱਤ।